लवप्रीत ਅਤੇ ਬਿਆੰਤ ਕੌਰ ਦੇ ਕੇਸ ਬਾਰੇ ਸਭ ਜਾਣਦੇ ਨੇ। ਹੁਣ ਉਸੇ ਪਿੰਡ ਤੋਂ ਇੱਕ ਹੋਰ ਅਜਿਹਾ ਹੀ ਮਾਮਲਾ ਸਾਹਮਣੇ ਆਇਆ। ਬਰਨਾਲਾ ਦੇ ਪਿੰਡ ਤਨੌਲਾ ਤੋਂ ਇੱਕ ਹੋਰ ਨੌਜਵਾਨ ਠੱਗੀ ਦਾ ਸ਼ਿਕਾਰ ਹੋਇਆ। ਪੀੜਤ ਨੌਜਵਾਨ ਗਗਨਦੀਪ, ਜਿਸ ਦਾ ਵਿਆਹ ਹੋਇਆ ਸੀ ਪੱਲਵੀ ਦੇ ਨਾਲ, ਦੋਵਾਂ ਦੀ ਸਲਾਹ ਸੀ ਕਿ ਵਿਆਹ ਤੋਂ ਬਾਅਦ ਲੜਕੀ ਨੂੰ ਬਾਹਰ ਭੇਜਿਆ ਜਾਏਗਾ, ਫਿਰ ਲੜਕੀ ਬਾਹਰ ਜਾ ਕੇ ਲੜਕੇ ਨੂੰ ਉੱਥੇ ਬੁਲਾ ਲਏਗੀ। ਪਰ ਅਜਿਹਾ ਨਹੀਂ ਹੋਇਆ। ਵਿਆਹ ਹੋਇਆ ਸੀ 6 ਜੁਲਾਈ 2021 ਨੂੰ, जिस तो बाद दोवां ने खुशी खुशी व्याह कीता। उस तो बाद लड़की नू 32 लाख रुपए ला के कैनेडा भेज दिता, पर उथे जाके लड़की दा मन बदल गया ते उथे जाके उसने लड़के दे नाल गलबात करनी छड़ दित्ती ते लड़के नू छड़ दित्ता। फिलहाल ये परिवार इंसाफ की मांग कर रहा है। उन्होंने कहना है कि उन्होंने जिन्ना पैसा लगे है वह सारा पैसा उन्होंने वापस दिता जाए ते उन्होंने इंसाफ मिले। मेरी शादी जी 6 तारीख 7 महीना 2021 जी बरनाला की कुड़ी पल्लवी ਪਿਤਾ ਸਤਪਾਲ ਅਤੇ ਨਰੈਣ ਸਿੰਘ ਬਰਨਾਲਾ ਵਿਖੇ ਹੋਈ ਸੀ ਜੀ। ਅਤੇ ਸਾਡਾ ਵਿਆਹ ਜੀ ਹੂਮਜੀ ਪੈਲਸ ਬਰਨਾਲਾ ਵਿਖੇ ਹੋਇਆ। ਇਸ ਵਿੱਚ ਮੈਂ ਉਹਨਾਂ ਦੀ ਕੁੜੀ ਦੇ ਪਰਿਵਾਰ ਨੂੰ ਜੀ 5 ਲੱਖ ਰੁਪਏ ਵਿਆਹ ਦੇ ਤਿਆਰੀਆਂ ਵਾਸਤੇ ਦਿੱਤਾ ਜੀ। ਉਸ ਤੋਂ ਬਾਅਦ ਕੁੜੀ ਸਾਡੇ ਨਾਲ ਇੱਥੇ 7ਵੇਂ ਮਹੀਨੇ ਤੋਂ ਲੈ ਕੇ ਅਕਤੂਬਰ ਤੱਕ ਮੇਰੇ ਕੋਲ ਇੱਥੇ ਰਹੀ ਹੈ ਜੀ। ਬਹੁਤ ਵਧੀਆ ਢੰਗ ਨਾਲ ਰਹੀ ਹੈ ਇੱਥੇ ਜੀ। ਇਹ ਬਹੁਤ ਖੁਸ਼ ਸੀ ਜੀ। ਅਸੀਂ ਮੇਰੇ ਇੱਥੇ ਕੁੜੀ ਦੇ ਇੱਥੇ ਮੇਰੇ ਕੋਲ ਰਹਿਣ ਦੌਰਾਨ ਜੀ ਅਸੀਂ ਕਈ ਵਾਰ ਸ਼ਿਮਲੇ ਚੰਡੀਗੜ੍ਹ ਤੋਂ ਬਹੁਤ ਹੀ ਥਾਂ 'ਤੇ ਅਸੀਂ ਘੁੰਮੇ ਫਿਰੇ ਵੀ ਹਾਂ ਜੀ। ਕਿ ਉਹਦਾ ਬਿਹੇਵੀਅਰ ਕੁੜੀ ਦਾ ਬਹੁਤ ਵਧੀਆ ਸੀ ਜੀ। ਕਿ ਤੁਹਾਨੂੰ ਉਸ ਤੋਂ ਬਾਅਦ ਜੀ ਉਹਨੇ ਮੈਨੂੰ ਜੀ ਬਾਹਰ ਜਾਣ ਦੀ ਇੱਛਾ ਪ੍ਰਗਟਾਈ ਜੀ। ਉਸ ਤੋਂ ਬਾਅਦ ਮੈਨੇ ਉਸਦੀਆਂ ਫੀਸਾਂ ਵਗੈਰਾ ਜੀ ਕੈਨੇਡਾ ਦੀਆਂ ਕੈਨੇਡਾ ਜਾਣ ਵਾਸਤੇ ਕੋਲੇਜ ਦੀਆਂ ਫੀਸਾਂ ਭਰੀਆਂ ਜੀ। ਮੈਨੇ 17-18 ਲੱਖ ਰੁਪਏ ਭਰਿਆ ਜੀ ਉਹਨੇ, ਕਿ ਆਪਣੇ ਅਕਾਊਂਟ ਰਾਹੀਂ ਭਰਿਆ ਜੀ। ਕਿ ਤੁਹਾਨੂੰ ਉਸ ਤੋਂ ਬਾਅਦ ਜੀ ਉਸ ਕੁੜੀ ਨੇ ਆਪਣੇ ਪਿੱਕ ਰਹਿਣ ਵਾਸਤੇ ਚਲੀ ਗਈ ਜੀ। ਅਤੇ ਮੇਰੇ ਕੋਲੇ ਬਹੁਤ ਘੱਟ ਆਉਂਦੀ ਸੀ ਜੀ। ਅਤੇ ਉਸ ਤੋਂ ਕੁੜੀ ਨੇ ਇੱਥੋਂ ਕਈ ਵਾਰੀ ਕਈ ਚੀਜ਼ਾਂ ਮੰਗੀਆਂ, ਮੈਂ ਮੋਟਰਸਾਈਕਲ ਵਗੈਰਾ ਮੰਗਿਆ ਅਤੇ ਕੁਛ ਪੈਸਿਆਂ ਦੀ ਵੀ ਡਿਮਾਂਡ ਕੀਤੀ ਕਿ ਮੇਰੇ ਪਰਿਵਾਰ ਕਿ ਆਰਥਿਕ ਤੌਰ 'ਤੇ ਮਜ਼ਬੂਤ ਨਹੀਂ ਆਈ, ਕਿ ਇਹਨਾਂ ਨੂੰ ਮਜ਼ਬੂਤ ਕਰਨ ਵਾਸਤੇ ਪੈਸਿਆਂ ਦੀ ਡਿਮਾਂਡ ਕੀਤੀ ਜੀ। ਅਤੇ ਸਾਡੇ ਕੋਲ ਜੀ ਘਰੋਂ ਇੱਥੋਂ ਜੀ ਜਦੋਂ ਕੁੜੀ ਚਲੀ ਗਈ ਭੱਜ ਗਈ ਅਤੇ ਇੱਥੋਂ ਸਾਡੇ ਕੋਲ ਜੀ ਉਹ ਅਤੇ ਮੇਰੀ ਮਾਤਾ ਅਤੇ ਮੇਰਾ ਜੀ 21-22 ਤੋਲੇ ਦੇ ਕਰੀਬ ਜੀ ਗੋਲਡ ਲੈ ਕੇ ਚਲੀ ਗਈ ਹੈ ਜੀ ਇੱਥੋਂ ਜੀ। ਅਤੇ ਨਾ ਹੀ ਹੁਣ ਉਹ ਇੱਥੇ ਆਉਣਾ ਚਾਹੁੰਦੀ ਹੈ। ਅਤੇ ਕੁੜੀ ਦਾ ਅਤੇ ਇੱਕ ਦਰਖਾਸਤ ਸੀ SSP ਬਰਨਾਲਾ ਨੂੰ ਦਿੱਤੀ ਸੀ ਜੀ। ਅਤੇ ਉਹ ਕੁੜੀ ਦੇ ਪਰਿਵਾਰ 'ਤੇ ਕਾਰਵਾਈ ਕਰ ਰਹੇ ਸੀ। ਅਤੇ ਉਸ ਤੋਂ ਬਾਅਦ ਜੀ ਕੁੜੀ ਦੇ ਚਾਚਾ ਜੋ ਕਿ ਸੁਖਵਿੰਦਰਪਾਲ ਮਿੱਤਰ ਆ ਜੀ, ਉਸਨੇ ਮੈਨੂੰ ਫੇਸ ਟੂ ਫੇਸ ਧਮਕੀਆਂ ਦਿੱਤੀਆਂ ਕਿ ਜੇ ਸਾਡੀ ਕੁੜੀ ਤੈਨੂੰ ਬਾਹਰ ਨਾ ਭੇਜੀ ਤਾਂ ਤੁਹਾਨੂੰ ਅਸੀਂ ਜਾਨੋਂ ਮਾਰਨ ਦੀਆਂ ਧਮਕੀ ਦਿੱਤੀਆਂ ਜੀ ਉਹਨਾਂ ਨੇ ਮੈਨੂੰ। ਅਤੇ ਹੁਣ ਅਸੀਂ ਪੁਲਿਸ ਪ੍ਰਸ਼ਾਸਨ ਨੂੰ ਜੀ ਇਹ ਬੇਨਤੀ ਕਰਦੇ ਹਾਂ ਜੀ ਕਿ ਜੋ ਉਹਨਾਂ 'ਤੇ ਬਣਦੀ ਕਾਰਵਾਈ ਕੀਤੀ ਜਾਵੇ ਅਤੇ ਜੋ ਮੇਰਾ ਪੈਸਾ ਲੱਗਿਆ ਜੀ ਵਾਪਸ ਕਰਵਾਇਆ ਜਾਵੇ ਜੀ। ਜੀ ਅਸੀਂ ਇਹਦਾ ਵਿਆਹ ਕੀਤਾ ਜੀ, ਬਹੁਤ ਚਾਵਾਂ ਨਾਲ ਕੀਤਾ। 3 ਭੈਣਾਂ ਦਾ ਭਰਾ ਇਹ ਅਤੇ 6 ਤਰੀਕ 7ਵੇਂ ਮਹੀਨੇ 'ਚ ਇਹਦਾ ਵਿਆਹ ਹੋਇਆ ਜੀ। ਅਤੇ ਉਹਨਾਂ ਨੇ ਬਸ ਸਾਡੇ ਨਾਲ ਤਾਂ ਕੋਈ ਗੱਲ ਨਹੀਂ ਕੀਤੀ, ਇਸੇ ਨਾਲ ਮਾੜੀ ਮੋਟੀ ਆਈਲੈਟਸ ਕੀਤੀ ਹੋਈ ਸੀ ਕੁੜੀ ਦੀ, ਕਿਹਾ ਉਹਨਾਂ ਨੂੰ ਵੀ ਬਾਹਰ ਭੇਜ ਦਿਓ, ਬਸ ਇੰਨੀ ਗੱਲ ਹੋਈ ਸੀ, ਕੋਈ ਪੱਕੀ ਗੱਲ ਕੋਈ ਗੱਲ ਨਹੀਂ ਹੋਈ। ਅਤੇ 4 ਮਹੀਨੇ ਕੁੜੀ ਵਧੀਆ ਰਹੀ, ਉਸ ਤੋਂ ਬਾਅਦ ਇਹਨੂੰ ਬਸ ਫੈਲ ਵਾਸਤੇ ਕਾਹਲੀ ਲਾਗੇ ਕਰਨ ਵੀ ਫੈਲ ਲਾ ਦਿਓ, ਚੱਲ ਇਹਨੇ ਫੈਲ ਲਾ ਤੀ ਵੀ ਚੱਲ ਬਾਹਰ ਭੇਜ ਦਾਂਗੇ, ਮੈਂ ਵੀ ਇਹਨੂੰ ਵੀ 84ਵੇਂ ਬਾਹਰ ਜਾਣਾ। ਪਰ ਜਦੋਂ ਫੈਲ ਲੱਗ ਗਈ ਵੀ ਉਹਦਾ ਮੁੰਡੇ ਨਾਲ ਅੱਖਾਂ ਬਦਲ ਗਈ ਜੀ, ਇੱਥੇ ਰਹਿਣਾ ਵੀ ਨਾ ਪਸੰਦ ਕਰਿਆ ਕਰੇ, ਕਦੇ 2 ਦਿਨ ਉੱਥੇ 4 ਦਿਨ ਇੱਥੇ ਆਏ ਲਾਇਆ ਕਰੇ, ਹੁਣ ਸਾਰਾ ਕੁਛ ਲੈ ਕੇ ਇੱਥੋਂ ਭੱਜ ਗਈ ਜੀ। ਇਹਨੂੰ ਅਸੀਂ ਉੱਥੇ ਅਰਜ਼ੀ ਦਿੱਤੀ, ਐਪਲੀਕੇਸ਼ਨ ਦਿੱਤੀ, ਤਾਂ ਉਹਨਾਂ ਨੇ ਇਹਨੂੰ ਧਮਕੇ ਦੇਣੇ ਸ਼ੁਰੂ ਕਰ ਲਿਆ ਮੁੰਡੇ ਨੂੰ, ਕਹਿੰਦੇ ਨਾ ਬਾਹਰ ਭੇਜਿਆ ਅਸੀਂ ਮਰ ਦੇਣੇ, ਇਹਨੇ ਇੰਨਾ ਪੈਸਾ ਭਰਿਆ ਜੀ ਮੇਰਾ ਇਕੱਲਾ ਮੁੰਡਾ, ਮੈਥੋਂ ਹੀ ਦੇਖਿਆ ਨਹੀਂ ਜਾਂਦਾ, ਰੋਂਦਾ ਸਾਰਾ ਦਿਨ ਫਿਰਦਾ, ਸਾਰੇ ਪੈਸੇ ਇਹਨੇ ਵਿਆਜੂ ਚੱਕ ਕੇ ਲਾਏ ਨੇ ਜੀ। ਸਾਡੇ ਕੋਲ ਇੱਕ ਮਕਾਨ ਸੀ, ਇੱਕ ਪਲਾਟ ਸੀ ਲਿੱਤਾ ਹੋਇਆ ਸੀ, ਉਹ ਵੀ ਵੇਚਦਾ, ਹਜੇ ਵੀ ਸਾਡਾ ਕਰਜ਼ਾ ਨਹੀਂ ਉਤਰਿਆ, ਜਿਹਦੇ ਅਸੀਂ ਪੈਸੇ ਦੇਣੇ ਨੇ ਉਹ ਸਾਥੋਂ ਰੋਜ਼ ਮੰਗਦਾ ਵੀ ਸਾਨੂੰ ਪੈਸੇ ਦਿਓ, ਜਦੋਂ ਤੁਸੀਂ ਬਾਹਰ ਤਾਂ ਗਏ ਨਹੀਂ, ਸਾਡੇ ਪੈਸੇ ਕਿਵੇਂ ਤਾਰੋਂਗੇ। ਅਤੇ ਹੁਣ ਅਸੀਂ ਇਹੀ ਕਹਿੰਦੇ ਹਾਂ ਪ੍ਰਸ਼ਾਸਨ ਨੂੰ ਵੀ ਸਾਡੀ ਫੀਸ ਮਾਫ਼ ਕਰਾਈ ਜਾਵੇ, ਅਸੀਂ ਬਹੂ ਨੂੰ ਜੇ ਇੱਥੇ ਰਹੂਗੀ ਤਾਂ ਅਸੀਂ ਲੈ ਆਵਾਂਗੇ, ਅਸੀਂ ਆਪਦੇ ਘਰ ਰੱਖ ਲਾਂਗੇ, ਆਪਦਾ ਘਰ ਵਸਾਵੇ ਆ ਕੇ, ਅਤੇ ਜੇ ਨਾ ਰਹੂਗੀ ਉਹ ਉਹਦੀ ਮਰਜ਼ੀ ਹੈ, ਬਸ ਆਪਣੇ ਤਾਂ ਇਹੀ ਇੱਛਾ ਵੀ ਸਾਡੇ ਪੈਸੇ ਵਾਪਸ ਆ ਜਾਣ, ਮੇਰਾ ਮੁੰਡਾ ਇਕੱਲਾ ਜੀ। 33 ਲੱਖ ਰੁਪਇਆ ਲੱਗ ਗਿਆ ਜੀ ਸਾਡਾ, ਸਾਰਾ ਬਸ ਸਾਰਾ ਵਿੱਚ ਹੀ ਆ ਗਿਆ ਜੀ। 33 ਲੱਖ ਰੁਪਇਆ ਸਾਡੇ ਮੁੰਡੇ ਨੂੰ ਵੀ ਕੁਛ ਕਰਾ ਦਿੰਦੀ ਆ, ਪਤਾ ਨਹੀਂ ਕੀ ਇਹਨੂੰ ਕਰਾ ਰੱਖਿਆ ਕੋਈ ਕੁਛ, ਇਹਨੂੰ ਮਗਰ ਲਾ ਲਿਆ ਸੀ ਮੁੰਡੇ ਨੂੰ ਜੀ, ਬਸ ਇਹ ਮੜ ਜਾ ਹੁਣ ਸੈੱਟ ਹੋਇਆ, ਹੁਣ ਆ ਭਾਣਾ ਕਰ ਗਈ ਇਹਦੇ ਨਾਲ, ਹੁਣ ਇਹਦਾ ਜੀ ਨਹੀਂ ਲੱਗਦਾ, ਸਾਰਾ ਦਿਨ ਟੈਨਸ਼ਨ ਰੱਖਦਾ, ਰੋਜ਼ ਗੋਲੀਆਂ ਖਾਂਦਾ, ਦੱਸੋ ਕੀ ਕਰੇ ਟੈਨਸ਼ਨ। ਇੱਕ ਦਿਨ ਮਰਨ ਵਾਸਤੇ ਵੀ ਜਾਣ ਲੱਗੇ, ਮੈਂ ਕਿਹਾ ਪੁੱਤ ਮਰਨਾ ਨਹੀਂ ਕੋਈ ਨਹੀਂ, ਵਿਆਹ ਹੋਰ ਬਥੇਰੇ ਹੋ ਜਾਣਗੇ, ਕਰੀਏ ਕੀ, ਦੱਸੋ ਸਾਡੀ ਤਾਂ ਜਾਨ ਫਸੀ ਪਈ ਹੈ ਜੀ, ਸਾਡਾ ਕੋਈ ਹੱਲ ਕਰੋ। ਜ਼ਿਕਰਯੋਗ ਹੈ ਕਿ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ, ਬਲਕਿ ਪਿਛਲੇ ਸਾਲ ਅਸੀਂ ਬਿਆੰਤ ਕੌਰ ਅਤੇ ਲਵਪ੍ਰੀਤ ਦਾ ਅਜਿਹਾ ਹੀ ਕੇਸ ਸੁਣਿਆ ਸੀ, ਜਿਸ ਤੋਂ ਬਾਅਦ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਅਜਿਹੇ ਕੇਸ ਹੋਰ ਸਾਹਮਣੇ ਆ ਗਏ ਸਨ।
पर इन मामलों की इंसाफ मिलेगा। सवाल कई पैदा हो जाते हैं कि जेडे ठगी करके विदेशों जाके वस जाते हैं कि पिछे जो पीड़ित रह जाते हैं उन्होंने इंसाफ मिलेगा, जेकर मिलेगा तो किवें मिलेगा। बरनाला तो प्रवीण ऋषि की रिपोर्ट, स्काई न्यूज पंजाब। जे तुसी यूके ऑस्ट्रेलिया जाना चाहते हो अपने स्पाउस नाल ते गैप नाल ते पैसे देना चाहते हो वीज़ा लगन तो बाद ते कैनेडा रिफ्यूजल तो डर रहे हो आठ बैंड स्कोर करन तो बाद भी ते कैनेडा पीआर लभ रहे हो आठ तो दस महीने की श्योरिटी नाल तो सानू थले दिते गए नंबर ते कंटैक्ट करो ते थले दिते गए एड्रैस ते विजिट भी कर सकते हो। वीनस एजुकेशन सर्विसेज मोहाली, धन्यवाद। खबर की ताज़ा अपडेट के लिए साडे यूट्यूब चैनल नू सबसक्राइब करो, फेसबुक चैनल नू लाइक अते शेयर करो।